ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸਰਬ ਸੁਖ ਹਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 37 ਵਿੱਚ ਅੱਜ ਆਪਾਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਖਡੂਰ ਸਾਹਿਬ ਜਾ ਕੇ ਬਾਬਾ ਦਾਤੂ ਜੀ ਨੂੰ ਮਿਲਣ ਦਾ ਪ੍ਰਸੰਗ ਸਰਵਣ ਕਰਾਂਗੇ ਜੀ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਬਾਬਾ ਮੋਹਰੀ ਜੀ ਅਤੇ ਹੋਰ ਮਨੁੱਖਾਂ ਦੇ ਨੇੜੇ ਬੈਠ ਕੇ ਬੜਾ ਹੀ ਸੁੱਖ ਪਾਇਆ। ਉਸ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਮੁਸਕਰਾ ਕੇ ਬੋਲੇ, ਮਾਮਾ ਜੀ ਹੁਣ ਆਗਿਆ ਦਿਓ, ਹੁਣ ਅੰਮ੍ਰਿਤਸਰ ਨੂੰ ਚੱਲੀਏ। ਤੁਹਾਡੀ ਕਿਰਪਾ ਨਾਲ ਸਾਰਾ ਕਾਰਜ ਪੂਰਾ ਹੋ ਗਿਆ ਹੈ, ਚਾਰ ਗੁਰੂ ਸਾਹਿਬਾਨਾਂ ਦੀ ਬਾਣੀ ਪ੍ਰਾਪਤ ਹੋ ਗਈ ਹੈ, ਜਿਸ ਨੂੰ ਹੁਣ ਇੱਕ ਗ੍ਰੰਥ ਵਿੱਚ ਇਕੱਠੀ ਕਰਾਂਗੇ, ਜਿਸ ਨੂੰ ਪੜ੍ਹ ਸੁਣ ਕੇ ਅਰਥਾਂ 'ਤੇ ਵਿਚਾਰ ਕਰਨ ਅਤੇ ਹਿਰਦੇ ਵਿੱਚ ਵਸਾ ਕੇ ਕਲਿਆਣ ਪ੍ਰਾਪਤ ਕਰਨ। ਪਹਿਲਾਂ ਵੱਡੇ ਮਾਮਾ ਜੀ ਨੂੰ ਪ੍ਰੇਮ ਨਾਲ ਮਿਲ ਕੇ ਦਰਸ਼ਨ ਕਰ ਲਏ ਹਨ, ਫਿਰ ਕਿਰਪਾ ਕਰਕੇ ਆਪ ਜੀ ਨੂੰ ਮਿਲਣ ਨਾਲ ਬਹੁਤ ਲਾਭ ਹੋਇਆ ਹੈ, ਇਹ ਮੈਂ ਮਨ ਵਿੱਚ ਜਾਣ ਲਿਆ ਹੈ। ਤੁਸੀਂ ਹੀ ਮੇਰੇ ਸਾਰੇ ਪਰਿਵਾਰ ਦਾ ਆਸਰਾ ਹੋ, ਬੜੇ ਪ੍ਰਸੰਨ ਹੋ ਕੇ ਇੱਕ ਦੂਸਰੇ ਦੇ ਦਰਸ਼ਨ ਕੀਤੇ ਹਨ, ਦੋਹਾਂ ਸਤਿਗੁਰਾਂ ਦੀਆਂ ਸਮਾਧੀਆਂ ਦੇ ਦਰਸ਼ਨ ਕਰਕੇ ਅਤੇ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਕੇ ਬੜਾ ਹੀ ਆਨੰਦ ਪਾਇਆ ਹੈ। ਇਹ ਸੁਣ ਕੇ ਬਾਬਾ ਮੋਹਰੀ ਜੀ ਨੇ ਦੋਵੇਂ ਹੱਥ ਜੋੜ ਕੇ ਕਿਹਾ, ਆਪ ਜੀ ਗੁਰਗੱਦੀ 'ਤੇ ਬੈਠੇ ਹੋ, ਇਸ ਕਰਕੇ ਆਪ ਸਭ ਤੋਂ ਵੱਧ ਪੂਜਣਯੋਗ ਹੋ। ਆਪ ਜੀ ਦਾ ਵੱਡਾ ਪ੍ਰਤਾਪ ਪ੍ਰਕਾਸ਼ਮਾਨ ਹੈ, ਇਸ ਥਾਂ ਵੱਸ ਕੇ ਸੁੱਖ ਪਾਓ, ਅਸੀਂ ਦਰਸ਼ਨ ਕਰਕੇ ਪਾਪਾਂ ਦਾ ਨਾਸ਼ ਕਰੀਏ। ਸਭ ਦੇਸ਼ਾਂ ਦੀ ਸੰਗਤ ਆ ਕੇ ਆਪ ਜੀ ਨੂੰ ਉਪਹਾਰ ਭੇਟ ਕਰੇਗੀ, ਆਪ ਸਮੂਹ ਸੰਗਤਾਂ ਨੂੰ ਦਰਸ਼ਨ ਦਿਓ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ, ਹੇ ਮਾਮਾ ਜੀ, ਮੈਂ ਤੁਹਾਡੀ ਆਗਿਆ ਅਨੁਸਾਰ ਹਾਂ, ਪਰ ਇੱਕ ਕਾਰਨ ਸਮਝ ਲਓ, ਬਿਰਧ ਸ਼੍ਰੀ ਗੁਰੂ ਅਮਰਦਾਸ ਜੀ ਜੋ ਤੁਹਾਡੇ ਪਿਤਾ ਜੀ ਹਨ, ਉਹਨਾਂ ਨੇ ਸਾਡੇ ਪਿਤਾ ਜੀ ਨੂੰ ਇਹ ਆਗਿਆ ਕੀਤੀ ਸੀ ਕਿ ਜਾ ਕੇ ਸਰੋਵਰ ਦੀ ਕਾਰ ਸੇਵਾ ਕਰਾਓ, ਉਹ ਸਰੋਵਰ ਦੇ ਵਿਚਕਾਰ ਸੁੰਦਰ ਹਰਿਮੰਦਰ ਸਾਹਿਬ ਬਣਾਓ ਅਤੇ ਇਹ ਸੇਵਾ ਸਭ ਪ੍ਰਕਾਰ ਸੰਭਾਲੋ। ਬਿਰਧ ਗੁਰੂ ਜੀ ਦੇ ਅਸੀਂ ਸਾਰੇ ਸੇਵਕ ਹਾਂ, ਉਹਨਾਂ ਦੀ ਆਗਿਆ ਨੂੰ ਅਸੀਂ ਭੰਗ ਨਹੀਂ ਕਰ ਸਕਦੇ। ਪਿਤਾ ਜੀ ਤੋਂ ਪਿੱਛੋਂ ਮੈਂ ਟਹਿਲ ਸੇਵਾ ਸੰਭਾਲੀ ਹੈ ਅਤੇ ਬੜੇ ਪਿਆਰ ਨਾਲ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਵਾ ਰਿਹਾ ਹਾਂ, ਇਸ ਕਰਕੇ ਗੁਰੂ ਜੀ ਦੇ ਬਚਨਾਂ ਨੂੰ ਨਿਸ਼ੰਗ ਮੰਨ ਕੇ ਮੇਰਾ ਉੱਥੇ ਵਸਣਾ ਉਚਿਤ ਹੈ। ਇੱਥੇ ਉੱਥੇ ਵਿੱਚ ਕੋਈ ਭੇਦ ਨਹੀਂ ਹੈ, ਕਿਉਂਕਿ ਦੋਵੇਂ ਇੱਕ ਰੰਗ ਗੁਰੂ ਸਥਾਨ ਹਨ। ਅੱਗੇ ਜਿਵੇਂ ਤੁਹਾਡੀ ਆਗਿਆ ਹੋਵੇ ਅਸੀਂ ਬੜੀ ਪ੍ਰਸੰਨਤਾ ਨਾਲ ਕਰਦੇ ਹਾਂ। ਇਹ ਸੁਣ ਕੇ ਬਾਬਾ ਮੋਹਰੀ ਜੀ ਨੇ ਚੰਗਾ ਸਮਝਿਆ ਅਤੇ ਕਿਹਾ, ਯਥਾ ਯੋਗ ਤੁਸੀਂ ਠੀਕ ਗੱਲ ਕਹੀ ਹੈ, ਫਿਰ 3 ਪਹਿਰ ਹੋਰ ਇੱਥੇ ਠਹਿਰ ਜਾਓ, ਸੰਗਤ ਨੂੰ ਦਰਸ਼ਨ ਦਿਓ, ਉਹ ਆ ਕੇ ਆਪ ਜੀ ਦੇ ਦਰਸ਼ਨ ਕਰਨ, ਫਿਰ ਮਨ ਵਿੱਚ ਸੁੱਖ ਮੰਨ ਕੇ ਚਲੇ ਜਾਇਓ ਅਤੇ ਸੇਵਾ ਅਤੇ ਇਸ਼ਨਾਨ ਕਰਿਓ। ਆਪਣੇ ਮਾਮਾ ਜੀ ਦੇ ਵਚਨ ਮੰਨ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਉੱਥੇ ਠਹਿਰ ਗਏ, ਸੇਵਾ ਦੇ ਵੱਸ ਹੋ ਕੇ ਠਹਿਰ ਗਏ। ਸਾਰੇ ਬੜੇ ਪ੍ਰਸੰਨ ਹੋ ਕੇ ਮਿਲ ਕੇ ਬੈਠ ਗਏ। ਗੁਰੂ ਜੀ ਭਗਤੀ ਵਿਰਾਗ ਦੀ ਚਰਚਾ ਬੜੇ ਮਿੱਠੇ ਅਤੇ ਸ਼ੁਭ ਬਚਨ ਬੋਲ ਕੇ ਕਰ ਰਹੇ ਸਨ। ਯਥਾ ਯੋਗ ਸਭ ਨੂੰ ਉੱਤਰ ਦਿੱਤੇ, ਅਨੇਕ ਪ੍ਰਕਾਰ ਦੇ ਵਿਲਾਸ ਕਰਕੇ ਪ੍ਰਸੰਨ ਹੁੰਦੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 3 ਦਿਨ ਉੱਥੇ ਠਹਿਰ ਕੇ ਯਥਾ ਯੋਗ ਸਭ ਨੂੰ ਪ੍ਰਸੰਨ ਕੀਤਾ ਅਤੇ ਫਿਰ ਅਤਿ ਸਨੇਮਰ ਹੋ ਕੇ ਜਾਣ ਦੀ ਆਗਿਆ ਮੰਗੀ। ਮਾਮਾ ਜੀ ਹੁਣ ਆਗਿਆ ਦਿਓ, ਆਪ ਜੀ ਦੇ ਹੁਕਮ ਅਨੁਸਾਰ ਇਸ ਥਾਂ ਠਹਿਰ ਕੇ ਮੈਂ ਅੰਮ੍ਰਿਤਸਰ ਪਹੁੰਚਣਾ ਚਾਹੁੰਦਾ ਹਾਂ। ਬਾਬਾ ਮੋਹਰੀ ਜੀ ਨੇ ਕਿਹਾ, ਜਿਵੇਂ ਆਪ ਜੀ ਦੀ ਇੱਛਾ ਹੈ, ਫਿਰ ਕਦ ਮਿਲੋਗੇ ਇਹ ਸਾਨੂੰ ਦੱਸ ਦਿਓ। ਗੁਰੂ ਜੀ ਨੇ ਕਿਹਾ, ਹੇ ਸ੍ਰੇਸ਼ਟ ਮਹਾਨ ਬੁੱਧੀ ਵਾਲੇ, ਜਦ ਵੀ ਯਾਦ ਕਰੋਗੇ ਤਾਂ ਤੁਹਾਨੂੰ ਆਗਿਆ ਅਨੁਸਾਰ ਮੇਲ ਦਰਸ਼ਨ ਹੋਣਗੇ ਅਤੇ ਸਾਨੂੰ ਦਰਸ਼ਨ ਦੇ ਕੇ ਸਦਾ ਹੀ ਨਿਹਾਲ ਕਰੋਗੇ।
ਮਾਮਾ ਜੀ ਨੇ ਸੰਦੇਸ਼ਾ ਦਿੱਤਾ ਮੇਰੇ ਵੱਲੋਂ ਇਸ ਤਰ੍ਹਾਂ ਉਚਾਰਨ ਕਰਨਾ, ਰਾਮ ਸਤ ਗੰਗਾ ਨੂੰ ਕਹਿਣੀ ਅਤੇ ਹਰਗੋਬਿੰਦ ਜੀ ਨੂੰ ਪਿਆਰ ਦੇਣਾ, ਸਭ ਦੀ ਸੁੱਖ ਸ਼ਾਂਤ ਚੰਗੀ ਤਰ੍ਹਾਂ ਪੁੱਛਣੀ ਅਤੇ ਮੈਨੂੰ ਆਪਣਾ ਜਾਣ ਕੇ ਯਾਦ ਕਰਿਓ। ਆਪਣੇ ਪੁੱਤਰ ਦਾ ਜਦ ਵਿਆਹ ਜਾਵੋਗੇ ਤਾਂ ਸਾਨੂੰ ਬੁਲਾਇਓ, ਸਾਡੀ ਬੜੀ ਚਾਹ ਹੈ। ਚੰਗੀ ਗੱਲ ਕਹਿ ਕੇ ਗੁਰੂ ਜੀ ਨੇ ਵੰਦਨਾ ਕੀਤੀ ਅਤੇ ਵਿਦਾ ਹੋ ਕੇ ਬਾਹਰ ਨਿਕਲ ਆਏ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਚੁਬਾਰੇ 'ਤੇ ਚੜ੍ਹ ਗਏ ਜਿੱਥੇ ਉਹਨਾਂ ਨੇ ਤਪ ਕੀਤਾ ਸੀ। ਉਸ ਸਥਾਨ ਦੇ ਦਰਸ਼ਨ ਕੀਤੇ। ਫਿਰ ਬਾਬਾ ਮੋਹਰੀ ਜੀ ਨੂੰ ਕਿਹਾ, ਇੱਕ ਪਾਲਕੀ ਪੋਥਿਆਂ ਨੂੰ ਰੱਖਣ ਵਾਸਤੇ ਮੰਗਵਾ ਦਿਓ। ਗੁਰੂ ਜੀ ਦੇ ਬਚਨ ਮੰਨ ਕੇ ਤੁਰੰਤ ਪਾਲਕੀ ਮੰਗਵਾ ਲਈ, ਉਸ ਵਿੱਚ ਸੰਭਾਲ ਕੇ ਪੋਥੀਆਂ ਧਰ ਦਿੱਤੀਆਂ। ਸਿੱਖਾਂ ਨੇ ਖੁਸ਼ ਹੋ ਕੇ ਪਾਲਕੀ ਨੂੰ ਆਪਣੇ ਮੋਢਿਆਂ 'ਤੇ ਰੱਖ ਲਿਆ ਅਤੇ ਬਹੁਤ ਹੀ ਸੰਖਾਂ ਦੀ ਧੁਨੀ ਪੂਰੀ ਗਈ। ਤੁਰੀਆਂ ਅਤੇ ਛੋਟੀਆਂ ਦੁਦੰਬੀਆਂ ਵਜਾਈਆਂ ਅਤੇ ਜੈ ਜੈ ਸ਼ਬਦ ਚਾਰੇ ਪਾਸੇ ਗੂੰਜ ਗਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਆਪ ਨੰਗੇ ਪੈਰੀ ਹੀ ਪਾਲਕੀ ਦੇ ਪਿੱਛੇ ਪਿੱਛੇ ਚੱਲ ਪਏ। ਬਾਬਾ ਮੋਹਰੀ ਜੀ ਆਦਿ ਅਤੇ ਹੋਰ ਸਾਰਿਆਂ ਨੇ ਕਿਹਾ, ਪਾਲਕੀ ਵਿੱਚ ਸੁੱਖ ਪਾ ਕੇ ਚੜ੍ਹ ਜਾਓ। ਪਰ ਗੁਰੂ ਜੀ ਨੇ ਕਿਹਾ, ਇਹ ਪੋਥੀਆਂ ਚਾਰ ਗੁਰਾਂ ਦਾ ਸਰੂਪ ਹਨ, ਇਹਨਾਂ ਦਾ ਆਦਰ ਜਿੰਨਾ ਵੀ ਕੋਈ ਕਰੇਗਾ ਲੋਕ ਪ੍ਰਲੋਕ ਵਿੱਚ ਓਨਾ ਹੀ ਆਨੰਦ ਲਵੇਗਾ ਅਤੇ ਉਸਦੇ ਪਾਪਾਂ ਦਾ ਨਾਸ਼ ਹੋਵੇਗਾ। ਇੱਕ ਕੋਹ ਤੱਕ ਸਾਰੇ ਲੋਕ ਨਾਲ ਗਏ। ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਇੱਕ ਥਾਂ ਖੜ੍ਹੇ ਹੋ ਗਏ ਅਤੇ ਬਾਬਾ ਮੋਹਰੀ ਜੀ ਦੇ ਚਰਨਾਂ 'ਤੇ ਸਿਰ ਧਰ ਕੇ ਭਾਂਤ ਭਾਂਤ ਦੀ ਬੇਨਤੀ ਕੀਤੀ। ਬਹੁਤ ਵਾਰ ਕਹਿ ਕੇ ਸਾਰਿਆਂ ਨੂੰ ਪਿੱਛੇ ਮੁੜਨ ਨੂੰ ਕਿਹਾ ਅਤੇ ਫਿਰ ਸਾਰਿਆਂ ਦਾ ਆਦਰ ਕਰਕੇ ਮੋੜ ਦਿੱਤਾ। ਆਪ ਪੈਦਲ ਹੀ ਚੱਲ ਪਏ। ਸੰਖਾਂ ਦੀ ਧੁੰਨ ਅਤੇ ਜੈ ਜੈ ਸ਼ਬਦ ਗੂੰਜ ਰਿਹਾ ਸੀ। ਹੌਲੀ ਹੌਲੀ ਚੱਲਦੇ ਉਤਸਵ ਕਰਦੇ ਸ਼੍ਰੀ ਖਡੂਰ ਸਾਹਿਬ ਵਿਖੇ ਪਹੁੰਚ ਗਏ ਜਿੱਥੇ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਦਿਹੋਰਾ ਹੈ। ਉੱਥੇ ਜਾ ਕੇ ਪ੍ਰੇਮ ਸਹਿਤ ਸੀਸ ਨਿਵਾਇਆ, ਚਾਰ ਪਰਿਕਰਮਾ ਕਰਕੇ ਅਤੇ ਬਹੁਤ ਪ੍ਰਸ਼ਾਦ ਤਿਆਰ ਕਰਵਾ ਕੇ ਸਾਰਿਆਂ ਨੂੰ ਵੰਡ ਦਿੱਤਾ। ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਧਿਆਨ ਧਾਰ ਕੇ ਅਤੇ ਸ੍ਰੇਸ਼ਟ ਜਸ ਕਰਕੇ ਬੇਨਤੀ ਕੀਤੀ। ਫਿਰ ਕਰੀਰ ਦੇ ਰੁੱਖ ਦੇ ਦਰਸ਼ਨ ਕੀਤੇ ਅਤੇ ਵੰਦਨਾ ਕਰਕੇ ਚਾਰ ਪਰਿਕਰਮਾ ਕੀਤੀਆਂ। ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਦਾਤੂ ਜੀ ਨੂੰ ਜਦ ਇਹ ਖਬਰ ਮਿਲੀ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਆਏ ਹਨ ਤਾਂ ਉਹ ਬਹੁਤ ਆਨੰਦ ਪ੍ਰਸੰਨ ਹੋ ਕੇ ਅਤੇ ਮਨ ਵਿੱਚ ਬੜਾ ਪ੍ਰੇਮ ਧਾਰਨ ਕਰਕੇ ਆ ਕੇ ਮਿਲੇ। ਸਨਮਾਨ ਹਿੱਤ ਗੁਰੂ ਜੀ ਉੱਠ ਕੇ ਅੱਗੇ ਹੋ ਕੇ ਮਿਲੇ ਅਤੇ ਆਪਸ ਵਿੱਚ ਇੱਕ ਦੂਸਰੇ ਨੂੰ ਨਮਸਕਾਰ ਕੀਤੀ। ਜਦ ਬਾਬਾ ਦਾਤੂ ਜੀ ਨੇ ਆਪਣਾ ਸਿਰ ਗੁਰੂ ਜੀ ਦੇ ਚਰਨਾਂ 'ਤੇ ਧਰਿਆ ਤਾਂ ਗੁਰੂ ਜੀ ਨੇ ਬਾਬਾ ਜੀ ਦੇ ਸਿਰ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। ਆਪ ਨਮਸਕਾਰ ਕਰਕੇ ਪਾਸ ਬਿਠਾਇਆ ਅਤੇ ਬਚਨ ਕਹੇ, ਤੁਸੀਂ ਅਨੁਚਿਤ ਗੱਲ ਕਿਉਂ ਕੀਤੀ ਹੈ? ਮੇਰੇ ਗੁਰੂ ਦੇ ਪੁੱਤਰ ਹੋ, ਅਸੀਂ ਤੁਹਾਡੇ ਦਾਸ ਹਾਂ। ਇਹ ਗੱਲ ਮਨ ਵਿੱਚ ਸਮਝੋ। ਆਪ ਜੀ ਦੇ ਚਰਨਾਂ ਦੀ ਸੇਵਾ ਕਰਨੀ ਸਾਡੇ ਲਈ ਬਣਦੀ ਹੈ। ਅਸੀਂ ਸਦਾ ਆਪ ਦੇ ਅਧੀਨ ਹਾਂ। ਇਹ ਸੁਣ ਕੇ ਬਾਬਾ ਦਾਤੂ ਜੀ ਨੇ ਹੱਥ ਜੋੜ ਕੇ ਕਿਹਾ, ਆਪ ਜੀ ਮੇਰਾ ਬਿਰਤਾਂਤ ਸੁਣੋ। ਹੰਕਾਰ ਦਾ ਨਾਸ਼ ਕਰਕੇ ਜਿਵੇਂ ਮੈਂ ਹੁਣ ਹੋਇਆ ਹਾਂ ਅਤੇ ਤੁਹਾਨੂੰ ਅੱਗੇ ਹੋ ਕੇ ਮਿਲਣ ਬਾਰੇ ਵਿਚਾਰਿਆ ਹੈ। ਸ਼੍ਰੀ ਗੁਰੂ ਜੀ ਅਮਰਦਾਸ ਜੀ ਨੇ ਜਦ ਗੁਰਤਾ ਲਈ ਤਾਂ ਮੇਰੇ ਵਿੱਚ ਬਹੁਤ ਈਰਖਾ ਉਤਪੰਨ ਹੋਈ। ਉਹਨਾਂ ਦੀ ਪਵਿੱਤਰ ਮਹਿਮਾ ਦੀ ਬਰਾਬਰੀ ਲਈ ਸੁੱਕੇ ਤੀਲਿਆਂ ਵਾਂਗ ਮੇਰਾ ਹਿਰਦਾ ਸੜਨ ਲੱਗਾ। ਦੇਸ਼ਾਂ ਵਿਦੇਸ਼ਾਂ ਦੀ ਵੱਡੀ ਸੰਗਤ, ਇਸਤਰੀ ਪੁਰਸ਼ ਇਕੱਠੇ ਹੋ ਕੇ ਆਉਂਦੇ ਸਨ, ਅਨੇਕ ਪ੍ਰਕਾਰ ਦੇ ਉਪਹਾਰ ਅਰਪਣ ਕਰਦੇ ਸਨ ਅਤੇ ਮੂੰਹ ਮੰਗੇ ਇਨਾਮ ਫਲ ਪ੍ਰਾਪਤ ਕਰਦੇ ਸਨ। ਮੈਨੂੰ ਈਰਖਾ ਕਰਦੇ ਵੇਖ ਇੱਥੋਂ ਚਲੇ ਗਏ ਅਤੇ ਗੋਇੰਦਵਾਲ ਵਿੱਚ ਜਾ ਕੇ ਵੱਸ ਗਏ। ਉੱਥੇ ਵੀ ਨਿੱਤ ਬਹੁਤ ਭੀੜ ਰਹਿੰਦੀ, ਚਾਰੇ ਪਾਸੇ ਪੂਰਨ ਮਹਿਮਾ ਹੋ ਰਹੀ ਸੀ। ਮੇਰਾ ਇੱਕ ਖੱਤਰੀ ਦੋਸਤ ਹੁੰਦਾ ਸੀ, ਉਸਨੇ ਇੱਕ ਦਿਨ ਆ ਕੇ ਮੈਨੂੰ ਇਸ ਤਰ੍ਹਾਂ ਕਿਹਾ, ਤੁਸੀਂ ਤਾਂ ਗੁਰੂ ਜੀ ਦੇ ਪੁੱਤਰ ਕਹਾਉਂਦੇ ਹੋ ਪਰ ਤੁਹਾਡੇ ਪਾਸ ਤਾਂ ਕੋਈ ਰੌਣਕ ਨਹੀਂ ਹੈ, ਨਾ ਸੰਗਤ ਆਉਂਦੀ ਹੈ ਅਤੇ ਨਾ ਹੀ ਤੁਹਾਨੂੰ ਧਨ ਅਰਪਣ ਕਰਦੀ ਹੈ। ਤੁਹਾਡੇ ਘਰ ਆ ਕੇ ਕੋਈ ਵੀ ਨਮਸਕਾਰ ਨਹੀਂ ਕਰਦਾ ਹੈ। ਆਮ ਲੋਕਾਂ ਵਾਂਗ ਬਗੈਰ ਉਦਮ ਦੇ ਆਲਸੀ ਹੋ ਕੇ ਦਿਨ ਰਾਤ ਬੈਠੇ ਰਹਿੰਦੇ ਹੋ। ਕਿਸੇ ਥਾਂ ਦਾ ਕੋਈ ਖੱਤਰੀ ਸੀ, ਉਹ ਗੁਰੂ ਬਣ ਕੇ ਆਪਣੇ ਚਰਨਾਂ ਦੀ ਪੂਜਾ ਕਰਵਾ ਰਿਹਾ ਹੈ। ਤੁਹਾਡੇ ਘਰ ਦਾ ਉਹ ਸੇਵਕ ਸੀ, ਹੁਣ ਆਪਣਾ ਸਮਾਜ ਬਹੁਤ ਵਧਾ ਰਿਹਾ ਹੈ। ਤੁਸੀਂ ਤਾਂ ਜੱਗ ਵਿੱਚ ਜਿਉਂਦੇ ਹੀ ਮਰ ਗਏ ਹੋ, ਜਿਨ੍ਹਾਂ ਦਾ ਨਾਂ ਮਸ਼ਹੂਰ ਨਹੀਂ ਹੋਇਆ ਹੈ। ਹੇ ਨਲਾਇਕ, ਉਸ ਤੋਂ ਗੁਰਗੱਦੀ ਕਿਉਂ ਨਹੀਂ ਲੈਂਦਾ ਜਿਸ 'ਤੇ ਉਹ ਬੈਠ ਕੇ ਬਹੁਤ ਧਨ ਪਾ ਰਿਹਾ ਹੈ? ਮੇਰਾ ਮਨ ਪਹਿਲਾਂ ਹੀ ਸੱਪ ਸਮਾਨ ਸੀ, ਉਹਨਾਂ ਦੇ ਬੋਲਾਂ ਨੇ ਮੇਰੇ ਮਨ ਨੂੰ ਛੇੜ ਦਿੱਤਾ। ਸ਼੍ਰੀ ਗੁਰੂ ਅਮਰਦਾਸ ਜੀ ਨੂੰ ਦੱਸਣ ਖਾਤਰ ਮੈਂ ਉਹਨਾਂ ਨੂੰ ਦੁੱਖ ਦੇਣ ਵਾਸਤੇ ਉੱਦਮ ਕੀਤਾ। ਮੇਰੇ ਦੋਸਤ ਦੇ ਬੋਲ ਮੇਰੇ ਦਿਲ ਵਿੱਚ ਤੀਰਾਂ ਵਾਂਗ ਗੱਡੇ ਗਏ
ਮੈਂ ਦੁਖੀ ਹੋ ਕੇ ਧੀਰਜ ਖੋ ਬੈਠਾ। ਸੁੱਕੇ ਤਿੱਲੇ ਵਰਗਾ ਮੇਰਾ ਮਨ ਪਹਿਲਾਂ ਹੀ ਕ੍ਰੋਧ ਅੱਗ ਨਾਲ ਸੜ ਰਿਹਾ ਸੀ। ਮੇਰੇ ਦੋਸਤ ਦੇ ਬੋਲਾਂ ਨੇ ਉਸ ਉੱਤੇ ਅੱਗ ਪਾਉਣ ਵਾਲਾ ਕੰਮ ਕੀਤਾ। ਸੁਸ਼ੀਲ ਮਨੁੱਖ ਜੇ ਖੋਟੇ ਆਦਮੀ ਦੀ ਸੰਗਤ ਕਰੇ ਤਾਂ ਸ਼ੁਭ ਮਤ ਵਿਸਾਰ ਕੇ ਉਹ ਵਿਗੜ ਜਾਂਦਾ ਹੈ। ਫਿਰ ਮੈਂ ਗੋਇੰਦਵਾਲ ਦੇ ਰਸਤੇ ਪੈ ਕੇ ਉੱਥੇ ਪਹੁੰਚਿਆ ਜਿੱਥੇ ਗੁਰੂ ਜੀ ਦੀ ਸਭਾ ਲੱਗੀ ਹੋਈ ਸੀ, ਅਤੇ ਜਾ ਕੇ ਗੁਰੂ ਜੀ ਨੂੰ ਵੇਖਿਆ। ਮੈਨੂੰ ਇੰਝ ਲੱਗਾ ਜਿਵੇਂ ਗਿਆਨ ਦਾ ਸੂਰਜ ਪ੍ਰਕਾਸ਼ ਰਿਹਾ ਹੋਵੇ ਅਤੇ ਚਾਰੇ ਪਾਸੇ ਸ੍ਰੇਸ਼ਟ ਗੁਣਾਂ ਵਾਲੇ ਸੇਵਕ ਬੈਠੇ ਸਨ। ਔਗੁਣ ਰੂਪੀ ਤਾਰੇ ਅਤੇ ਰਾਤ ਰੂਪੀ ਅਵਿਦਿਆ ਕਿਤੇ ਦਿਸਦੀ ਨਹੀਂ ਸੀ, ਸਭ ਦੂਰ ਹੋ ਗਏ ਸਨ। ਕਈ ਹੱਥ ਜੋੜ ਕੇ ਵੰਦਨਾ ਕਰ ਰਹੇ ਸਨ ਅਤੇ ਕਈ ਆ ਕੇ ਉਪਹਾਰ ਭੇਟ ਕਰ ਰਹੇ ਸਨ। ਕਈ ਮੂੰਹ ਮੰਗੀਆਂ ਮੁਰਾਦਾਂ ਮੰਗ ਰਹੇ ਸਨ ਅਤੇ ਕਈ ਆਪਣੇ ਕਲਿਆਣ ਬਾਰੇ ਪੁੱਛ ਰਹੇ ਸਨ। ਕਈ ਸ਼ਬਦ ਨੂੰ ਪੜ੍ਹ ਕੇ ਵਿਚਾਰਦੇ ਸਨ ਅਤੇ ਰਬਾਬੀ ਸੁਰਾਂ ਵਿੱਚ ਗਾਇਣ ਕਰ ਰਹੇ ਸਨ। ਕਈ ਖੜ੍ਹੇ ਹੋ ਕੇ ਅਰਦਾਸਾਂ ਕਰ ਰਹੇ ਸਨ। ਇਸ ਤਰ੍ਹਾਂ ਅਨੇਕ ਪ੍ਰਕਾਰ ਦੇ ਆਨੰਦ ਮੰਗਲ ਹੋ ਰਹੇ ਸਨ। ਮੈਂ ਇੰਨਾ ਮਹਾਨ ਪ੍ਰਤਾਪ ਵੇਖ ਕੇ ਜਰ ਨਾ ਸਕਿਆ ਅਤੇ ਕ੍ਰੋਧ ਦੀ ਅੱਗ ਵਿੱਚ ਸੜ ਗਿਆ। ਤੁਰੰਤ ਸਾਰਿਆਂ ਵਿੱਚੋਂ ਦੀ ਲੰਘ ਕੇ ਗੁਰੂ ਜੀ ਦੇ ਜਾ ਕੇ ਲੱਤ ਮਾਰੀ। ਕਈ ਪ੍ਰਕਾਰ ਦੇ ਕਠੋਰ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਕਈ ਪ੍ਰਕਾਰ ਦੀਆਂ ਗਾਲਾਂ ਦਿੱਤੀਆਂ। ਛੋਟਾ ਕੱਦ ਅਤੇ ਬਹੁਤ ਬਿਰਧ ਅਵਸਥਾ ਸੀ, ਇਸ ਕਰਕੇ ਉਹ ਮੇਰੇ ਵਾਰ ਨੂੰ ਸਹਿ ਨਾ ਸਕੇ। ਵੱਖੀ ਵਾਲੇ ਥਾਂ ਲੱਤ ਦਾ ਵਾਰ ਲੱਗਣ ਨਾਲ ਧਰਤੀ 'ਤੇ ਡਿੱਗ ਪਏ। ਸਾਰੀ ਸੰਗਤ ਵਿੱਚ ਹਾਹਾਕਾਰ ਮੱਚ ਗਈ। ਸਿੱਖਾਂ ਨੇ ਬਾਂਹ ਤੋਂ ਫੜ ਕੇ ਬਿਠਾ ਦਿੱਤਾ। ਉੱਠ ਕੇ ਜਦ ਹੋਸ਼ ਆਈ ਤਾਂ ਮੇਰੇ ਪੈਰ ਫੜ ਕੇ ਹੌਲੀ ਹੌਲੀ ਨਰਮਾਈ ਨਾਲ ਮਲਣ ਲੱਗੇ ਅਤੇ ਕਿਹਾ, ਮੇਰੇ ਅੰਗ ਬੜੇ ਸਖਤ ਹੋ ਗਏ ਹਨ, ਸੇਵਾ ਕਰਦਿਆਂ ਸਾਰੀ ਉਮਰ ਬਿਤਾਈ ਹੈ। ਆਰਾਮ ਨਾਲ ਬੈਠਣ ਕਾਰਨ ਤੁਹਾਡੇ ਚਰਨ ਕਮਲ ਬੜੇ ਕੋਮਲ ਹੋ ਗਏ ਹਨ। ਮੇਰੇ ਸਖਤ ਹੱਡਾਂ ਨੂੰ ਲੱਗਣ ਕਾਰਨ ਇਹ ਜ਼ਰੂਰ ਦੁਖੇ ਹੋਣਗੇ। ਮੈਥੋਂ ਗਲਤੀ ਹੋ ਗਈ ਹੈ ਕਿ ਤੁਹਾਨੂੰ ਵੇਖ ਕੇ ਉੱਠਿਆ ਨਹੀਂ ਅਤੇ ਮੈਂ ਆਦਰ ਵੀ ਨਹੀਂ ਕੀਤਾ ਹੈ। ਤੁਸੀਂ ਮੈਨੂੰ ਯੋਗ ਤਾੜਨਾ ਕੀਤੀ ਹੈ। ਤੁਸੀਂ ਗੁਰੂ ਜੀ ਦੇ ਪੁੱਤਰ ਹੋ, ਤੁਹਾਡੀ ਮਹਾਨ ਬੁੱਧੀ ਹੈ। ਹੁਣ ਮੈਨੂੰ ਆਗਿਆ ਕਰੋ ਤਾਂ ਕਿ ਮੈਂ ਹਿਰਦੇ ਵਿੱਚ ਉਤਸ਼ਾਹ ਕਰਕੇ ਆਪ ਜੀ ਦੀ ਸੇਵਾ ਕਰ ਸਕਾਂ। ਮੈਂ ਗੁਰੂ ਜੀ ਦਾ ਸੇਵਕ ਹਾਂ ਅਤੇ ਤੁਸੀਂ ਗੁਰੂ ਜੀ ਦੇ ਪੁੱਤਰ ਹੋ। ਮੈਂ ਸਦਾ ਹੀ ਆਪ ਜੀ ਨੂੰ ਗੁਰੂ ਜੀ ਦੇ ਬਰਾਬਰ ਵੇਖਦਾ ਹਾਂ। ਗੁੱਸਾ ਛੱਡ ਕੇ ਮੇਰੇ ਅਪਰਾਧ ਨੂੰ ਮਾਫ਼ ਕਰ ਦਿਓ। ਆਪ ਜੀ ਦਾ ਹਿਰਦਾ ਸਾਧੂਆਂ ਵਾਂਗ ਸ੍ਰੇਸ਼ਟ ਹੈ। ਮੈਨੂੰ ਆਪਣੇ ਦਾਸਾਂ ਦਾ ਦਾਸ ਜਾਣੋ। ਤੁਸੀਂ ਸਦਾ ਹੀ ਮੇਰੇ 'ਤੇ ਬਹੁਤ ਕਿਰਪਾ ਕੀਤੀ ਹੈ। ਆਪਣਾ ਜਾਣ ਕੇ ਮੇਰੇ ਔਗਣਾਂ ਨੂੰ ਵੇਖ ਕੇ ਮੈਨੂੰ ਡਾਂਟਿਆ ਹੈ। ਮੈਂ ਇਹ ਸੁਣ ਕੇ ਬੜੇ ਗੁੱਸੇ ਵਾਲੇ ਬਚਨ ਕਹੇ। ਇਸ ਵਿੱਚ ਹੀ ਆਪਣਾ ਭਲਾ ਜਾਣੋ। ਲੋਕਾਂ ਨੂੰ ਅਚੰਭਾ ਵਿਖਾ ਕੇ ਪਖੰਡ ਕਰ ਰਹੇ ਹੋ। ਮੈਨੂੰ ਇਹ ਚੰਗਾ ਨਹੀਂ ਲੱਗਦਾ। ਇਹ ਸਥਾਨ ਛੱਡ ਕੇ ਕਿਸੇ ਹੋਰ ਥਾਂ ਚਲੇ ਜਾਓ। ਇੱਥੇ ਨਾ ਰਹੋ। ਮੇਰੇ ਕਹੇ ਹੋਏ ਨੂੰ ਚੰਗੀ ਤਰ੍ਹਾਂ ਜਾਣ ਲਓ। ਛਲ ਕਰਕੇ ਮੇਰੇ ਪਿਤਾ ਜੀ ਦੀ ਗਰੀਬੀ ਧਾਰ ਕੇ ਸੇਵਾ ਕਰਕੇ ਗੁਰਤਾ ਪ੍ਰਾਪਤ ਕੀਤੀ ਹੈ। ਮੇਰੇ ਪਿਤਾ ਜੀ ਦਾ ਭੋਲਾ ਸੁਭਾਅ ਸੀ। ਉਹ ਤੁਹਾਡੇ ਛਲ ਅਤੇ ਚਤੁਰਾਈ ਨੂੰ ਸਮਝ ਨਹੀਂ ਸਕੇ। ਕਰਮ ਆਦਿ ਠੱਗ ਕੇ ਲਿਆਏ ਹੋ। ਹੁਣ ਇਹ ਪਖੰਡ ਰਚਿਆ ਹੈ ਕਿ ਹੋਰ ਧਨ ਆਵੇ। ਜਿਹੜੀ ਸਾਡੀ ਵਸਤੂ ਸੀ ਉਹ ਤੁਸੀਂ ਕਿਵੇਂ ਧਾਰਨ ਕਰ ਲਈ ਹੈ। ਇਸ ਕਰਕੇ ਮੇਰੇ ਮਨ ਵਿੱਚ ਗੁੱਸਾ ਆਉਂਦਾ ਹੈ। ਜੇ ਹੁਣ ਆਪਣਾ ਭਲਾ ਚਾਹੁੰਦੇ ਹੋ ਤਾਂ ਇੱਥੇ ਨਾ ਰਹੋ। ਜੇ ਮੇਰਾ ਵਚਨ ਨਹੀਂ ਮੰਨੋਗੇ ਤਾਂ ਬਹੁਤ ਦੁੱਖ ਪਾਓਗੇ। ਮੇਰੀ ਅਜਿਹੀ ਕਠੋਰ ਬੋਲੀ ਸੁਣ ਕੇ ਹਿੱਤ ਧਾਰ ਕੇ ਸਰਲ ਹਿਰਦੇ ਨਾਲ ਬੋਲੇ, ਹੁਣ ਅੱਗੇ ਤੋਂ ਮੈਂ ਉਸ ਤਰ੍ਹਾਂ ਹੀ ਕਰਾਂਗਾ ਜਿਵੇਂ ਆਪ ਜੀ ਦੀ ਆਗਿਆ ਹੋਵੇਗੀ। ਮੈਂ ਤੁਹਾਡਾ ਸੇਵਕ ਹਾਂ, ਇਸ ਲਈ ਗੁੱਸਾ ਦੂਰ ਕਰ ਦਿਓ ਅਤੇ ਮੇਰੇ ਉੱਤੇ ਮਹਾਨ ਪ੍ਰਸੰਨ ਹੋਵੋ। ਇਹ ਕਹਿ ਕੇ ਹੱਥ ਜੋੜ ਕੇ ਨਮਸਕਾਰ ਕੀਤੀ। ਸੋ ਸਾਧ ਸੰਗਤ ਜੀ, ਇੱਥੇ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਸ ਤਰ੍ਹਾਂ ਬਿਆਨ ਕਰਦੇ ਹਨ। ਰਾਤ ਪੈਣ 'ਤੇ ਗੁਰੂ ਜੀ ਆਪਣੇ ਆਸਣ 'ਤੇ ਜਾ ਵਿਰਾਜੇ। ਹੋਰ ਲੋਕ ਵੀ ਹੈਰਾਨ ਹੋ ਕੇ ਚਲੇ ਗਏ। ਉਹ ਸੋਚ ਰਹੇ ਸਨ ਕਿ ਧੰਨ ਗੁਰੂ ਜੀ ਹਨ। ਸੋ ਸਾਧ ਸੰਗਤ ਜੀ, ਇੱਥੇ ਤੀਸਰੀ ਰਾਸ ਦਾ 37ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।